ਇੱਕ ਗਜ਼ਲ ਦੇ ਸ਼ੇਰ ਹਾਜ਼ਰ ਨੇ ਦੋਸਤੋ ਤੁਹਾਡੇ ਲਈ ਕਿ ਤਪ ਦੇ ਥਲ ਦੇ ਉੱਪਰੋਂ ਰੁੱਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੌਣਾ ਤੇ ਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ ਜਿਵੇਂ ਸ਼ਰੀਰ ਦੀਆਂ ਫਲੀਆਂ ਪੱਤੜ ਮਗਰੋਂ ਸੁੱਕੀਆਂ ਛਣਕਦੀਆਂ ਜੀ ਪਰਚਾਵੇ ਖੱਤ ਰੁੱਖ ਨੂੰ ਗੀਤ ਸੁਣਾਉਂਦੀਆਂ ਰਹਿੰਦੀਆਂ ਨੇ ਸ਼ਾਹੀ ਕਿਲਿਆਂ ਅੰਦਰ ਜਿਸ ਥਾਂ ਹਾਕਮ ਜ਼ੁਲਮ ਕਰਾਉਂਦੇ ਸੀ ਸਦੀਆਂ ਮਗਰੋਂ ਵੀ ਉਹ ਥਾਂ ਤੋਂ ਕੋਕਾਂ ਆਉਂਦੀਆਂ ਰਹਿੰਦੀਆਂ ਨੇ ਧਰਤੀ ਜਿੱਡੀ ਕੈਨਵਸ ਉੱਤੇ ਨਕਸ਼ ਬਹਾਰਾਂ ਵਾਲੇ ਵੇਖ ਫੁੱਲ ਪੱਤੀਆਂ ਖੁਸ਼ਬੂਆਂ ਜਿੱਥੇ ਪਹਿਲਾਂ ਪਹੁੰਧੀਆਂ ਰਹਿੰਦੀਆਂ ਨੇ ਚੁੱਪ ਦੀ ਝੂਨ ਪਵੀਂ ਨਾ ਵੇਖੀ ਤੁਰੇ ਨਿਰੰਤਰ ਸਫਰਾਂ ਤੇ ਚੁੱਪ ਦੀ ਝੂਨ ਪਵੀਂ ਨਾ ਵੇਖੀ ਤੁਰੇ ਨਿਰੰਤਰ ਸਫਰਾਂ ਤੇ ਬਿਰਖਾਂ ਵਿੱਚ ਦੀ ਤੇਜ਼ ਹਵਾਵਾਂ ਅਕਸਰ ਗਾਉਂਦੀਆਂ ਰਹਿੰਦੀਆਂ ਨੇ ਪਿੰਜਣ ਰੂਹ ਤੇ ਕਤਨ ਛੱਲੀਆਂ ਬੁਣਦੀਆਂ ਖੱਡੀ ਰਾਤ ਦੇ ਨੇ ਪੁੱਤਰ ਦੂਰ ਗਏ ਪਰ ਮਾਵਾਂ ਖੇਸ ਅਣੌਂਦੀਆਂ ਰਹਿੰਦੀਆਂ ਨੇ ਪਿੰਜੜ ਰੂ ਤੇ ਕਤਨ ਛੱਲੀਆਂ ਬੁਣਦੀਆਂ ਖੱਡੀ ਰਾਤ ਦੇ ਨੇ ਪੁੱਤਰ ਦੂਰ ਗਏ ਪਰ ਮਾਵਾਂ ਖੇਸ ਅਣੌਂਦੀਆਂ ਰਹਿੰਦੀਆਂ ਨੇ ਕੰਡਿਆਂ ਦੇ ਵਿੱਚ ਅੜ ਕੇ ਜਿੱਥੇ ਚੁੰਨੀ ਪਾਟੀ ਛਗਣਾ ਦੀ ਉਸੇ ਥਾਂ ਤੋਂ ਪੀੜਾਂ ਤੁਰ ਕੇ ਹੁਣ ਵੀ ਆਉਂਦੀਆਂ ਰਹਿੰਦੀਆਂ ਨੇ ਤਪਦੇ ਥਲ ਦੇ ਉਤੋਂ ਰੁੱਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੌਣਾ ਤੇ ਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ ਪਿੰਜਲ ਰੂਹ ਤੇ ਕਤਨ ਛੱਲੀਆਂ ਬੁਣਦੀਆਂ ਖੱਡੀ ਰਾਤ ਦੇ ਨੇ ਪੁੱਤਰ ਦੂਰ ਗਏ ਪਰ ਮਾਵਾਂ ਖੇਸ ਅਣੌਂਦੀਆਂ ਰਹਿੰਦੀਆਂ ਨੇ ਧੰਨਵਾਦ ਤੁਹਾਡਾ ਆਪਣਾ ਗੁਰਪ੍ਰਜਨ ਗਿੱਲ